ਐਂਗਲੀਆ ਰਸਕਿਨ ਯੂਨੀਵਰਸਿਟੀ ਦੇ ਇੱਕ ਨਰਸਿੰਗ ਲੈਕਚਰਾਰ ਵੱਲੋਂ ਆਪਣੇ ਸਿੱਖ ਸਾਥੀ ਦੀ ਪੱਗ ਦਾ ਵਾਰ-ਵਾਰ ਮਜ਼ਾਕ ਉਡਾਉਣ ਕਾਰਨ ਉਸ ਦਾ ਨਰਸਿੰਗ ਲਾਇਸੈਂਸ ਖੋਲਿਆ ਗਿਆ ਅਸਲ ਵਿੱਚ ਐਂਗਲੀਆ ਰਸਕਿਨ ਯੂਨੀਵਰਸਿਟੀ ਦੇ ਇੱਕ ਚਾਈਲਡ ਨਰਸਿੰਗ ਲੈਕਚਰਾਰ ਮੌਰਿਸ ਸਲੇਵਨ ਨੇ ਇੱਕ ਰਿਪੋਰਟ ਦੇ ਅਨੁਸਾਰ ਆਪਣੇ ਸਹਿਯੋਗੀ ਸਿੱਖ ਦੇ ਰਵਾਇਤੀ ਪਹਿਰਾਵੇ ਦਸਤਾਰ ਬਾਰੇ ਇਤਰਾਜਯੋਗ ਟਿੱਪਣੀ ਕੀਤੀ ਸੀ ਇਸ ਮਾਮਲੇ ਦੀ ਨਰਸਿੰਗ ਐਂਡ ਮਿਡਵਾਈਫਰੀ ਕੌਂਸਲ ਟ੍ਰਿਬਿਊਨਲ ਨੇ ਸੁਣਵਾਈ ਕੀਤੀ ਉਸਨੇ ਅਕਤੂਬਰ 2016 ਅਤੇ ਦਸੰਬਰ 2018 ਦੇ ਵਿਚਕਾਰ 2 ਸਾਲਾਂ ਤੋਂ ਵੱਧ ਸਮੇਂ ਤੱਕ ਸਹਿਕਰਮੀ ਇੱਕ ਸੀਨੀਅਰ ਸਿੰਗ ਲੈਕਚਰਰ ਨੂੰ ਪਰੇਸ਼ਾਨ ਕੀਤਾ। ਡੇਲੀ ਮੇਲ ਦੇ ਅਨੁਸਾਰ ਦੇਸ਼ਪੁਰ ਦੇ ਐਨ ਐਚ ਐਸ ਹਸਪਤਾਲਾਂ ਵਿੱਚ ਕੰਮ ਕਰਨ ਵਾਲੇ ਲੈਕਚਰਰਾਂ ਨੇ ਦਾਅਵਾ ਕੀਤਾ ਹੈ ਕਿ ਦੋਸਤਾਂ ਵਿਚਕਾਰ ਝਗੜਾ ਸੀ। ਮਿਸਟਰ ਸਲੇਵਨ ਨੂੰ ਹੁਣ ਨਰਸਿੰਗ ਐਂਡ ਮਿਡਵਾਈਫਰੀ ਕਾਉਂਸਲ ਦੁਆਰਾ ਉਸਦੇ ਨਰਸਿੰਗ ਲਾਇਸੈਂਸ ਤੋਂ ਹਟਾ ਦਿੱਤਾ ਗਿਆ। ਸਾਬਕਾ ਆਰ ਐਫ ਨਾਲ ਸੰਬੰਧਿਤ ਉਸਦੇ 22 ਸਾਲਾਂ ਦੇ ਕੈਰੀਅਰ ਨੂੰ ਖਤਮ ਕਰ ਦਿੱਤਾ ਗਿਆ। ਸਾਬਕਾ ਨਰਸ ਨੇ ਪਿਛਲੇ ਸਮੇਂ ਵਿੱਚ ਐਨ ਐਚ ਐਸ ਹਸਪਤਾਲਾਂ ਵਿੱਚ ਕੰਮ ਕੀਤਾ ਸੀ ਅਤੇ ਸਿੱਖ ਧਰਮ ਦੇ ਬਾਣੀ ਗੁਰੂ ਨਾਨਕ ਦੇਵ ਜੀ ਦਾ ਵੀ ਮਜ਼ਾਕ ਉਡਾਇਆ ਸੀ। ਸਮਝਿਆ ਜਾਂਦਾ ਹੈ ਕਿ ਕੈਂਬਰिज ਆਧਾਰਿਤ ਸਲੇਵਨ ਨੇ ਵਿੱਚ 1997 ਵਿੱਚ ਬੱਚਿਆਂ ਦੀ ਨਰਸਿੰਗ ਵਜੋਂ ਯੋਗਤਾ ਪੂਰੀ ਕੀਤੀ ਸੀ ਐਨ ਐਮ ਸੀ ਟ੍ਰਿਬਿਊਨਲ ਨੇ ਸੁਣਾਇਆ ਕਿ ਉਸਨੇ ਅਕਤੂਬਰ 2016 ਅਤੇ ਦਸੰਬਰ 2018 ਦੇ ਵਿਚਕਾਰ ਐਂਗਲੀਆ ਸਕਿਨ ਯੂਨੀਵਰਸਿਟੀ ਵਿੱਚ ਇੱਕ ਸੀਨੀਅਰ ਨਰਸਿੰਗ ਲੈਕਚਰਰ ਕੋਲਿੰਗ ਵਨ ਨੂੰ ਨਸਲੀ ਤੌਰ ਤੇ ਪਰੇਸ਼ਾਨ ਕੀਤਾ ਸਾਥੀ ਦੀ ਪੱਗ ਦਾ ਹਵਾਲਾ ਦਿੰਦੇ ਹੋਏ ਸਲੇਵਰ ਨੇ ਕਿਹਾ ਕਿ ਤੁਸੀਂ ਆਪਣੀ ਪੱਟੀ ਕਿਉਂ ਨਹੀਂ ਪੈਣ ਰਹੇ ਅਤੇ ਇਹ ਵੀ ਪੁੱਛਿਆ ਕਿ ਤੇਰੀ ਟੋਪੀ ਕਿੱਥੇ ਹੈ ਨਹੀਂ ਇਹ ਟੋਪੀ ਹੈ ਸਲੇਵਰ ਨੇ ਸਾਥੀ ਸਿੱਖ ਨੂੰ ਕਿਹਾ ਤੁਸੀਂ ਸਾਰੀਆਂ ਧਾਰਮਿਕ ਛੁੱਟੀਆਂ ਇੱਥੋਂ ਤੱਕ ਕਿ 크ਿਸਨਸ ਵੀ ਬੰਦ ਕਰ ਰਹੇ ਹੋ ਅਤੇ ਇਹ ਤੁਹਾਡੀ ਛੁੱਟੀ ਨਹੀਂ ਹੈ ਅਤੇ ਤੁਹਾਡੇ ਲਈ ਬਹੁਤ ਸਾਰੇ ਸਿੱਖ ਇਸ ਸਾਰੀਆਂ ਧਾਰਮਿਕ ਛੁੱਟੀਆਂ ਨੇ ਸਿੱਖ ਬੱਚਿਆਂ ਲਈ ਖਡਾਉਣਿਆਂ ਲਈ ਚੈਰਿਟੀ ਅਪੀਲ ਤੇ ਚਰਚਾ ਕਰਦੇ ਸਮੇਂ ਸਲੇਵਰ ਨੇ ਕਿਹਾ ਕਿ ਕਿਹੜੇ ਸਿੱਖ ਖਡਾਉਣੇ ਹਨ ਕਿ ਤੁਹਾਡਾ ਮਤਲਬ ਛੂਰੇ ਚਾਕੂ ਅਤੇ ਤਲਵਾਰਾਂ ਨੇ ਸਿੱਖਾਂ ਉੱਪਰ ਵਿਦੇਸ਼ਾਂ ਵਿੱਚ ਗਲਤ ਪਛਾਣ ਦੀ ਵਜ੍ਹਾ ਨਾਲ ਹਮਲੇ ਕੋਈ ਨਵੀਂ ਗੱਲ ਨਹੀਂ ਹੈ ਪਿਛਲੇ ਮਹੀਨੇ ਨਿਊਯਾਰਕ ਦੇ ਕੋਇਨਜ਼ ਇਲਾਕੇ ਵਿੱਚ ਰਿਚਮੰਡ ਹਿੱਲ ਵਿੱਚ ਦੋ ਸਿੱਖਾਂ ਦੀ ਕੁੱਟਮਾਰ ਕੀਤੀ ਗਈ ਸੀ ਅਤੇ ਉਹਨਾਂ ਨੂੰ ਲੁੱਟ ਲਿਆ ਗਿਆ ਸੀ ਇਸ ਤੋਂ ਪਹਿਲਾਂ ਇਸੇ ਇਲਾਕੇ ਵਿੱਚ ਇੱਕ ਬਜ਼ੁਰਗ ਸਿੱਖ ਤੇ ਹਮਲਾ ਹੋਇਆ ਸੀ ਜਨਵਰੀ ਵਿਚ ਇੱਕ ਸਿੱਖ ਕੈਬ ਡਰਾਈਵਰ ਦੀ ਜੀਐਫਕੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇੱਕ ਅਣਪਛਾਤੇ ਵਿਅਕਤੀ ਦੁਆਰਾ ਹਮਲਾ ਕੀਤਾ ਗਿਆ ਸੀ ਜਿਸਨੇ ਉਸ ਦੀ ਪਾਗ ਲਾ ਦਿੱਤੀ ਸੀ ਅਤੇ ਉਸ ਦੇ ਵਿਰੁੱਧ ਅਪਮਾਨਜਨਕ ਸ਼ਬਦ ਵਰਤੇ ਸਨ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ